بسم اللہ الرحمن الرحیم السلام علیکم جی ਤੁਸੀਂ ਵੇਖ ਰਹੇ ਹੋ ਬੈਠਕ ਵਿੱਚ ਜੁਲਕਰਣ ਤੇ ਅੱਜ ਆ ਆਪਣੇ ਜਾਨਵਰਾਂ ਵਾਸਤੇ ਚਾਰਾ ਜਿਹੜਾ ਬੀਜਿਆ ਸੀ ਨਾ ਉਹਦੇ ਖੇਤ ਦਾ ਚੱਕਰ ਲਾਉਣ ਆਇਆ ਮੈਂ ਜੀ ਤੇ ਇਹ ਲੂਸਨ ਬੀਜਿਆ ਹਾਂ ਮਾਸ਼ਾਅੱਲਾ ਲੂਸਨ ਦੀ ਕਾਸ਼ਤ ਹਾਂ ਪਹਿਲੀ ਦਫਾ ਹੀ ਕੀਤੀ ਹੈ ਕਿਉਂਕਿ ਸਾਡੇ ਵੱਡੇ ਵੱਡੇ ਦੇ ਬਜ਼ੁਰਗ ਆਂਦੇ ਸਨ ਲੂਸਨ ਜਿਹੜਾ ਹੈ ਖੋਤੇ ਘੋੜਿਆਂ ਦੀ ਖਰਾਕ ਤੇ ਗਾਵਾਂ ਮੱਝਾਂ ਦੀ ਨਹੀਂ ਠੀਕ ਹੈ ਲੇਕਿਨ ਚੌਕਾਣੇ ਤੇ ਬਹੁਤ ਜ਼ਿਆਦਾ ਜਿੱਦਤ ਆ ਗਈ ਹੈ ਠੀਕ ਹੈ ਜੀ ਇਹ ਅਮਰੀਕਨ ਬੀਜ ਹੈ ਜੀ ਲੂਸਨ ਦਾ ਠੀਕ ਹੈ ਇਹ 3 ਸਾਲ ਚੱਲਦਾ ਜੇ ਅਗਰ ਤੁਹਾਡੀ ਪੈਲੀ ਦੇ ਵਿੱਚ ਪਾਣੀ ਨਾ ਖਲੋਵੇ ਤੇ ਸਾਡੇ ਚੋਂ ਕਿ ਮੌਨਸੂਨ ਭਾਦੋਂ ਦਾ ਮੌਸਮ ਚ ਜਿਹੜਾ ਉਹ ਪਾਣੀ بارشਾਂ ਬਹੁਤ ਜ਼ਿਆਦਾ ਹੁੰਦੀਆਂ ਤੇ ਇਸ ਵਾਸਤੇ ਮੁਸ਼ਕਲ ਹੀ ਹੈ ਕਿ 3 ਸਾਲ ਕੱਢੇ ਕਿ ਨਾ ਵੈਸੇ ਦੀ ਜਿਹੜੀ ਲਾਈਫ ਹੈ ਉਹ 3 ਸਾਲ ਠੀਕ ਹੈ ਇਹ ਸਦਾ ਵਾਰ ਹੈ ਜੀ ਗਰਮੀ ਸਰਦੀ ਜਿਹੜਾ ਨਾ ਜਨਾਬ ਇਹ ਹੁੰਦਾ ਰਹਿੰਦਾ ਆ ਤੁਸੀਂ ਸਿਰਫ ਇਸ ਹੰਦਾਦਾ ਕਰ ਲੋ ਪਾਣੀ ਕਿ ਜਿਸ ਜਿਸ ਜਗ੍ਹਾ ਤੇ ਪਾਣੀ ਨਾਰਮਲ ਸੀ ਉੱਥੇ ਦਾ ਗਾਓ ਵੇਖੋ ਮਾਸ਼ਾਅੱਲਾ ਇਹ ਵੇਖੋ ਇੱਥੇ ਇੱਕ ਚੰਗਾ ਪਾਣੀ ਆ ਨੱਕੇ ਦੇ ਕਰੀਬ ਸੀ ਇਹ ਨੱਕਾ ਲੱਗਾ ਜੀ ਇੱਥੋਂ ਪਾਣੀ ਇੱਥੇ ਜ਼ਿਆਦਾ ਹੁੰਦਾ ਰਿਹਾ ਇਸ ਵਾਸਤੇ ਇੱਥੋਂ ਇਹਦਾ ਗਾਓ ਵਿਰਲਾ ਤੇ ਇੱਥੋਂ ਗਾਓ ਇਹਦਾ ਕਾਫੀ ਤੇ ਮਾਸ਼ਾਅੱਲਾ ਬੜਾ ਅੱਛਾ ਚਾਰਾ ਜੀ ਜਾਨਵਰਾਂ ਵਾਸਤੇ ਇਸ ਦੀ 22% ਦੇ ਪ੍ਰੋਟੀਨ ਹੈ ਜੀ ਤੇ ਬਲਕਿ ਯੂਰਪ ਦੇ ਵਿੱਚ ਤੇ ਸਦੀਆਂ ਤੋਂ ਇਸਤੇਮਾਲ ਹੋ ਰਿਹਾ ਗੋਰਾ ਇਹਨੂੰ ਆਪਣਾ ਚਾਰਿਆਂ ਦੀ ਮਲਕਾ ਕਹਿੰਦਾ ਠੀਕ ਹੈ ਨਾ ਜੀ ਤੇ ਇਹ ਤੁਹਾਡਾ ਭਲਾ ਅੱਲਾ ਭਲਾ ਕਰੇ ਤੁਹਾਡਾ ਇਹ ਜਨਾਬ ਇਹਨੂੰ ਖੁਸ਼ ਕਰਕੇ ਗੋਰਾ ਜ਼ਿਆਦਾਤਰ ਇਹਨੂੰ ਖੁਸ਼ ਕਰਕੇ ਇਸਤੇਮਾਲ ਕਰਦਾ ਸਕਾ ਕੇ ਕਿਉਂਕਿ ਸਾਡੇ ਇੱਥੇ ਮੌਸਮ ਦਾ ਕੋਈ ਨਹੀਂ ਤਗੈਰ ਦਾ ਪਤਾ ਲੱਗਦਾ ਕਿਹੜੇ ਵਾਲੇ بارش ਤੇ ਕਿਹੜੇ ਵਾਲੇ ਧੁੱਪ ਇਸ ਵਾਸਤੇ ਅਸੀਂ ਇਹਨੂੰ ਹਰੀ ਹਰੇ ਕਾਸ਼ ਜਿਹੜਾ ਉਹ ਜਨਵਰਾਂ ਨੂੰ ਨਾ ਇਸਤਮਾਲ ਕਰਾਂਗੇ ਠੀਕ ਹੈ ਤੇ ਇਹ ਉਹ ਚਾਰਾ ਤੇ ਇੱਕ ਕਿੰਗ ਗਰਾਸ ਵਾਲਿਆਂ ਕੋਲ ਹਾਂ ਇਹ ਲਿਆ ਸੀ ਜਿਹਾ ਸਬੱਬੀ ਉਹਦਾ ਪੈਕੇਟ ਵੀ ਬਲਕਿ ਇਹ ਤੇ ਉਹ ਦੂਸਰਾ ਆ ਗਿਆ ਪੈਕੇਟ ਰਾਈ ਗਰਾਸ ਦਾ ਆ ਵਿੱਚ ਤੇ ਕਿੰਗ ਸੀਡ ਵਾਲਿਆਂ ਕੋਲ ਲਿਆ ਇਹ ਰਾਈ ਗਰਾਸ ਵੀ ਤੁਹਾਨੂੰ ਹਾ ਦਿਨੇ ਆ ਇਹ ਇਧਰ ਰਾਈ ਗਰਾਸ ਬੀਜਿਆ ਇਹ ਸਰਦੀਆਂ ਦਾ ਸੀਜ਼ਨਲ ਚਾਰਾ ਹੈ ਘਾਏ ਇਹਦੇ ਵਿੱਚ ਉਹ ਹਸਟਾਲਾ ਤੇ ਸਰ ਹੁੰਦਾ ਜਿਹੜਾ ਨਾ ਜੀ ਉਹ ਛੱਟਾ ਮਿਕਸ ਕੀਤਾ ਹੈ ਠੀਕ ਹੈ ਤੇ ਇਹ ਅਸਾਂ ਚਾਰਾ ਜਿਹੜਾ ਨੂੰ ਆਪਣੀ ਹਵੇਲੀ ਦੇ ਬਿਲਕੁਲ ਕਰੀਬ ਹੀ ਵੇਚਿਆ ਤਾਂ ਕਿ ਲਿਆਉਣਾ ਲਿਜਾਉਣਾ ਜਿਹੜਾ ਨਾ ਜੀ ਉਹ ਆਸਾਨ ਹੋ ਜਾ ਠੀਕ ਹੈ ਆ ਮਾਸ਼ਾਅੱਲਾ ਵੇਲੀ ਦਾ ਤੁਸੀਂ ਵੇਖ ਲਓ ਨਜ਼ਾਰਾ ਠੀਕ ਹੈ ਨਾ ਤੇ ਇਹਦੇ ਵੀਜੇ ਵੀ ਥੋੜਾ ਇਹਦੀ ਮਾਸ਼ਾਅੱਲਾ ਪ੍ਰੋਟੀਨ ਜੀ 22% ਹੁੰਦੀ ਹੈ ਇਹ ਨੂੰ ਵੀ ਗੋਰਾ ਜਿਹੜਾ ਨਾ ਜੀ ਉਹ ਖੁਸ਼ਕ ਕਰਕੇ ਇਸਤੇਮਾਲ ਕਰਦਾ ਬਲਕਿ ਖੁਸ਼ਕ ਕਰਕੇ ਸਟੋਰ ਕਰ ਲੈਂਦਾ ਚਾਰੇ ਦੀ ਕਿੱਲ ਦੇ ਦੌਰਾਨ ਇਸਤੇਮਾਲ ਕਰਦਾ ਰਾਈ ਘਰਾ ਸੇ ਨੂੰ ਆਂਦੇ ਨੇ ਐਦਾ ਵੇਖ ਲੋ ਜੀ ਪਤਾ ਇਹ ਵਿੱਚ ਦੇ ਥੋੜਾ ਜਿਹਾ ਛਾਲੇ ਦਾ ਬੀਜ ਸਰੋਂ ਦਾ ਬੀਜ ਜਿਹੜਾ ਇਸਤੇਮਾਲ ਕੀਤਾ ਅਲਹਮਦੁਲਿਲਾ ਦੀ ਗਰੋਥ ਵੀ ਬੜੀ ਅੱਛੀ ਹੈ ਇਹਨੂੰ ਵੀ ਦੂਸਰਾ ਪਾਣੀ ਲੱਗ ਗਿਆ ਤੇ ਇਨਸ਼ਾ ਅੱਲਾਹ ਇਹ ਵੀ ਨੇ ਵੀ ਪਹਿਲੀ ਦਫਾ ਯਹਾਂ ਕਾਸਟ ਕੀਤਾ ਤੇ ਨੇ ਤੇ ਇਸ ਤੋਂ ਪਹਿਲਾਂ ਸਿਰਫ ਇਹਣਾ ਜੀ ਉਹ ਆਪਣਾ ਅੱਲਾ ਤੁਹਾਡਾ ਕਿਰਪਾ ਸਿਰਫ ਸਟਾਲਾ ਹੀ ਲਾਈਦਾ ਹੁੰਦਾ ਸੀ ਲੂਸਨ ਤੇ ਰਾਈ ਗਰਾਸ ਜਿਹੜਾ ਪਹਿਲੀ ਦਫਾ ਹੀ ਕਾਸ਼ਤ ਕੀਤਾ ਸੀ ਇਸ ਤੋਂ ਪਹਿਲਾਂ ਜਨ ਵਾਸਤੇ ਨਾ ਸਿਰਫ ਸਟਾਲੇ ਹੀ ਪੀਜੀਦਾ ਹੁੰਦਾ ਸੀ ਤੇ ਸਟਾਲਾ ਦੂਸਰੀ ਸਾਈਡ ਤੇ ਪੈ ਲਈ ਉਹਦੇ ਹੀ ਬੀਜ ਆ ਠੀਕ ਹੈ ਜੀ ਤੇ ਤੁਹਾਡਾ ਆਪਾ ਦਾ ਟਾਈਮ ਦੇਣ ਦਾ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕ